ਸ਼ਿਵ ਕੇ ਦਰਵੇਸ਼ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜਦੋਂ ਵੀ ਆਪਾਂ ਦਾਤਾ ਜੀ ਦੇ ਦਰਬਾਰ ਤੇ ਜਾਂਦੇ ਆ ਉਹਨਾਂ ਨੂੰ ਜਾ ਕੇ ਸਜਦਾ ਸਲਾਮ ਕਰਦੇ ਆ ਤਾਂ ਇੱਕ ਗਲਤੀ ਹਰ ਇੱਕ ਇਨਸਾਨ ਕਰਦਾ ਹੈ ਜਦੋਂ ਦਾਤਾ ਜੀ ਨੂੰ ਉਹ ਇਨਸਾਨ ਸਲਾਮ ਕਰਦਾ ਹੈ ਤਾਂ ਉਹ ਗਲਤੀ ਕਿਹੜੀ ਹੈ ਆਪਾਂ ਉਹ ਗਲਤੀ ਸੁਧਾਰਨੀ ਹੈ ਤਾਂ ਸਮਾਂ ਨਾ ਖਰਾਬ ਕਰਦੇ ਹੋ ਸਿੱਧਾ ਵੀਡੀਓ ਵੱਲ ਚੱਲਦੇ ਆਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕਿ ਦਾਤਾ ਜੀ ਦੇ ਦਰਬਾਰ ਤੇ ਜਾ ਕੌਣ ਸਕਦਾ ਹੈ ਦਾਤਾ ਜੀ ਦੇ ਦਰਬਾਰ ਤੇ ਸਿਰਫ ਉਹ ਹੀ ਇਨਸਾਨ ਜਾ ਸਕਦਾ ਹੈ ਜਦੋਂ ਦਾਤਾ ਜੀ ਦੀ ਉਹ ਇਨਸਾਨ ਨੂੰ ਉੱਥੇ ਬੁਲਾਉਣ ਦੀ ਇੱਛਾ ਹੋਵੇ ਭਾਵੇਂ ਜਿਸ ਇਨਸਾਨ ਤੇ ਦਾਤਾ ਜੀ ਦੀ ਕਿਰਪਾ ਹੋਵੇ ਜਿਹਨੂੰ ਦਾਤਾ ਜੀ ਚਾਹਣ ਉੱਥੇ ਬੁਲਾ ਸਕਦੇ ਨੇ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਇਨਸਾਨ ਦਾਤਾ ਜੀ ਦੇ ਦਰਬਾਰ ਤੇ ਨਹੀਂ ਜਾ ਸਕਦਾ ਆਪਣੇ ਤੇ ਵੀ ਜਦੋਂ ਉਹ ਕਿਰਪਾ ਹੁੰਦੀ ਹੈ ਆਪਾਂ ਫੇਰ ਹੀ ਦਾਤਾ ਜੀ ਦੇ ਦਰਬਾਰ ਤੇ ਜਾ ਸਕਦੇ ਹਾਂ ਤੇ ਜਦੋਂ ਜਾਣੇ ਤੇ ਆਪਾਂ ਸਲਾਮ ਕਰਨ ਵੇਲੇ ਇਹ ਗਲਤੀ ਕਰ ਦਿੰਨੇ ਆਂ ਇਹ ਗਲਤੀ ਸੁਧਾਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਦਾਤਾ ਜੀ ਆਪਣੇ ਤੇ ਕਿਰਪਾ ਕਰ ਸਕਣ ਇਦਾਂ ਤਾਂ ਨਹੀਂ ਆ ਕਿ ਆਪਾਂ ਹਰ ਰੋਜ਼ ਦਰਬਾਰ ਜਾ ਸਕਦੇ ਹੋਗੇ ਕੋਈ ਬਹੁਤ ਹੀ ਖਾਸ ਵਿਰਲਾ ਇਨਸਾਨੀ ਇਦਾਂ ਦਾ ਹੋਵੇਗਾ ਜੋ ਹਰ ਰੋਜ਼ ਦਰਬਾਰ ਜਾਂਦਾ ਹੋਵੇ ਜਿੱਤੇ ਤੇ ਦਾਤਾ ਜੀ ਦੀ ਇੰਨੀ ਕਿਰਪਾ ਹੋਵੇ ਤੇ ਦਾਤਾ ਜੀ ਉਹਨੂੰ ਆਪਣੇ ਦਰਬਾਰ ਹਰ ਰੋਜ਼ ਬੁਲਾ ਸਕਣ ਆਪਣੇ ਤੇ ਜਦੋਂ ਕਿਰਪਾ ਹੁੰਦੀ ਹੈ ਆਪਾਂ ਦਰਬਾਰ ਜਾਂਦੇ ਆਂ ਤਾ ਸਭ ਤੋਂ ਪਹਿਲਾਂ ਆਪਾਂ ਜਾ ਕੇ ਕੀ ਕਰਨਾ ਹੈ ਦਾਤਾ ਜੀ ਨੂੰ ਜਾ ਕੇ ਜਦੋਂ ਬਾਬਾ ਮੁਰਾਦ ਸ਼ਾਹ ਸਰਕਾਰ ਜੀ ਦੇ ਦਰਬਾਰ ਤੇ ਜਾਂਦੇ ਹੋ ਜਾਂ ਤੁਸੀਂ ਵਿੱਕੀ ਸਾਈਂ ਜੀ ਦੇ ਦਰਬਾਰ ਤੇ ਜਾਂਦੇ ਹੋ ਜਾਂ ਬਾਪੂ ਲਾਲ ਬਾਸ਼ਾ ਜੀ ਸਰਕਾਰ ਜੀ ਦੇ ਦਰਬਾਰ ਤੇ ਜਾਂਦੇ ਹੋ ਤਾਂ ਜਾ ਕੇ ਪਹਿਲਾਂ ਸਲਾਮ ਕਰਨੀ ਹੈ ਤੇ ਇਦਾਂ ਨਹੀਂ ਕਹਿਣਾ ਆਪਣੇ ਦੁੱਖ ਦਰਦ ਦਾਤਾ ਜੀ ਨੂੰ ਨਹੀਂ ਸੁਣਾਉਣੇ ਕਿਉਂ ਨਹੀਂ ਸੁਣਾਉਣੇ ਕਿਉਂਕਿ ਦਾਤਾ ਜੀ ਉਹ ਦੁੱਖ ਦਰਦਾਂ ਨੂੰ ਜਾਣਦੇ ਨੇ ਉਹ ਪਹਿਲਾਂ ਹੀ ਜਾਣੀ ਜਾਣਦੇ ਜੇਕਰ ਆਪਣੇ ਦੁੱਖ ਨਿਵਾਰਨ ਹਾਸਤੇ ਉਹਨਾਂ ਨੇ ਉੱਥੇ ਸੱਦਿਆ ਤਾਂ ਫੇਰ ਹੀ ਆਪਾਂ ਉੱਥੇ ਆਏ ਆਂ ਦਾਤਾ ਜੀ ਦੁੱਖ ਆਪਣੇ ਪਹਿਲਾਂ ਹੀ ਜਾਣਦੇ ਨੇ ਇਸੇ ਕਰਕੇ ਆਪਾਂ ਦੁੱਖ ਦਰਦ ਦਾਤਾ ਜੀ ਨੂੰ ਨਹੀਂ ਸੁਣਾਉਣੇ ਜਾ ਕੇ ਸਲਾਮ ਕਰਨੀ ਆ ਸੱਚੇ ਦਿਲੋਂ ਤੇ ਨਾਲ ਹੀ ਨਾਲ ਦਾਤਾ ਜੀ ਦਾ ਹਾਲ ਚਾਲ ਜ਼ਰੂਰ ਪੁੱਛਣਾ ਕਿਉਂਕਿ ਜਿਹੜੇ ਉੱਥੇ ਜਾ ਕੇ ਸਲਾਮ ਕਰਦੇ ਨੇ ਉਹ ਸਿਰਫ ਆਪਣੇ ਦੁੱਖ ਦਰਦ ਆਪਣੀ ਦੁਆ ਫਰਿਆਦ ਉੱਥੇ ਲਾਉਂਦੇ ਨੇ ਕਿ ਦਾਤਾ ਜੀ ਮੈਨੂੰ ਆ ਮਿਲ ਜੇ ਦਾਤਾ ਜੀ ਮੇਰਾ ਆ ਕੰਮ ਬਣ ਜੇ ਪਰ ਦਾਤਾ ਜੀ ਦਾ ਹਾਲ ਚਾਲ ਕੋਈ ਵਿਰਲਾ ਇਨਸਾਨ ਪੁੱਛਦਾ ਹੋਵੇਗਾ ਭਾਵੇਂ ਦਾਤਾ ਜੀ ਦਾ ਹਾਲ ਚਾਲ ਉਹਨਾਂ ਨੂੰ ਹਾਲ ਚਾਲ ਪੁੱਛਣਾ ਕਿ ਦਾਤਾ ਜੀ ਠੀਕ ਹੋ ਕਿਉਂਕਿ ਜੋ ਇਨਸਾਨ ਪੀਰਾਂ ਫਕੀਰਾਂ ਨੂੰ ਸੱਚੇ ਦਿਲੋਂ ਮੰਨਦੇ ਨੇ ਉਹ ਤਾਂ ਇਹ ਗੱਲ ਸਮਝ ਸਕਦੇ ਨੇ ਬਾਕੀ ਇਹ ਗੱਲ ਨਹੀਂ ਸਮਝ ਸਕਦੇ ਤਾਂ ਦਾਤਾ ਜੀ ਦਾ ਹਾਲ ਚਾਲ ਜ਼ਰੂਰ ਪੁੱਛਣਾ ਜਦੋਂ ਆਪਾਂ ਦਾਤਾ ਜੀ ਦਾ ਹਾਲ ਚਾਲ ਜਾ ਕੇ ਪੁੱਛਾਂਗੇ ਤਾਂ ਆਪਾਂ ਨੂੰ ਵੀ ਇਦਾਂ ਲੱਗੇਗਾ ਕਿ ਆਪਾਂ ਕਿਸੇ ਮਤਲਬ ਲਈ ਇੱਥੇ ਨਹੀਂ ਆਏ ਅਸੀਂ ਦਾਤਾ ਜੀ ਨੂੰ ਮਿਲਣ ਆਏ ਆਂ ਉਹਨਾਂ ਨੂੰ ਸਲਾਮ ਕਰਨ ਆਏ ਆਂ ਇਹ ਗਲਤੀ ਬਹੁਤ ਹੀ ਸਾਰੇ ਲੋਕ ਕਰਦੇ ਹੀ ਕਰਦੇ ਨੇ ਇਸੇ ਕਰਕੇ ਅੱਜ ਇਹ ਗਲਤੀ ਇਸ ਵੀਡੀਓ ਦੇ ਵਿੱਚ ਸ਼ੇਅਰ ਕੀਤੀ ਹੈ ਜਦੋਂ ਆਪਾਂ ਸੱਚੇ ਦਿਲੋਂ ਪਿਆਰ ਦੇ ਨਾਲ ਦਾਤਾ ਜੀ ਦਾ ਏਦਾਂ ਹਾਲਚਾਲ ਪੁੱਛਾਂਗੇ ਤਾਂ ਆਪਣਾ ਮਨ ਵੀ ਸ਼ੀਤਲ ਹੋਏਗਾ ਤੇ ਨਾਲ ਹੀ ਨਾਲ ਦਾਤਾ ਜੀ ਵੀ ਆਪਣੇ ਤੇ ਕਿਰਪਾ ਕਰਨਗੇ ਫਿਰ ਆਪਾਂ ਨੂੰ ਜਾ ਕੇ ਆਪਣੇ ਦੁੱਖ ਦਰਦ ਦੁਆ ਫਰਿਆਦ ਉੱਥੇ ਲਾਉਣ ਦੀ ਕੋਈ ਲੋੜ ਨਹੀਂ ਦਾ ਤਈ ਆਪਣੇ ਆਪ ਹੀ ਸਮਝ ਜਾਣਗੇ ਕਿ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕਾ ਦਰਵੇਸ਼ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਜੇ ਹੋਰ ਵੀ ਕੋਈ ਵੀਰ ਸਾਡੇ ਨਾਲ ਸਾਈਂ ਜੀ ਦਾ ਕਿੱਸਾ ਸਾਂਝਾ ਕਰਨਾ ਚਾਹੁੰਦਾ ਹੈ ਤੇ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਜੀ ਇੰਸਟਾਗ੍ਰam ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਤੁਸੀਂ ਉੱਥੇ ਜਾ ਕੇ ਮੈਸੇਜ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਆ ਉਹਨਾਂ ਦੇ murid ਬੈਠੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨ